ਸ਼ਿਵਾਲਿਕ ਪਬਲਿਕ ਸਕੂਲ ਵੱਲੋਂ ਕੀਤੀ ਅਧਿਆਪਕਾਂ ਅਤੇ ਸਟਾਫ ਦੀ ਭਰਤੀ ਵਿੱਚ ਕਾਂਗਰਸ ਦੇ ਸਾਬਕਾ ਐਮਐਲਏ ਪਾਕ ਸਿੰਘ ਵੱਲੋਂ ਬੇਈਮਾਨੀਆਂ ਦੇ ਦੋਸ਼ ਲਗਾਏ ਗਏ ਹਨ ਅਤੇ ਭਰਤੀ ਅਧਿਕਾਰੀਆਂ ਦੇ ਆਪਣੇ ਚਹੇਤਿਆਂ ਨੂੰ ਭਰਤੀ ਕਰਨ ਦੇ ਵੀ ਦੋਸ਼ ਲਗਾਏ ਗਏ ਹਨ। ਸਕੂਲ ਰੋਪੜ ਵਿੱਚ ਜੋ ਟੀਚਰਸ ਦੀ ਭਰਤੀ ਹੋਈ ਹੈ ਉਹਦੇ ਵੀ ਜੋ ਟੈਸਟ ਹੋਇਆ ਉਹ ਟੈਸਟ ਵਿੱਚ ਘਪਲਾਬਾਜ਼ੀ ਹੋਈ ਔਰ ਜੋ ਸਿਲੈਕਸ਼ਨ ਹੋਈ ਹੈ ਸਿਲੈਕਸ਼ਨ 'ਚ ਫੇਵਰਟਿਜ਼ਮ ਆਪਣੇ ਬੰਦੇ ਰੱਖ ਕੇ ਮੈਰਿਟ 'ਤੇ ਸਿਲੈਕਸ਼ਨ ਨਹੀਂ ਹੋਈ। ਤੀਸਰੀ ਗੱਲ ਹੈ ਵੀ ਇਹ ਪਬਲਿਕ ਦਾ ਸਕੂਲ ਹੈ ਇਹਦੇ ਵਿੱਚ ਰਿਜ਼ਰਵੇਸ਼ਨ 1% ਵੀ ਨਹੀਂ ਹੈਗੀ। 90 ਟੀਚਰਸ ਹੁਣ ਤੱਕ ਭਰਤੀ ਕੀਤੇ ਆ ਉਹਨਾਂ ਵੀ ਇੱਕ ਵੀ ਸ਼ਡਿਊਲਡ ਕਾਸਟ ਨਹੀਂ ਹੈ। ਟੈਸਟ ਹੋਇਆ ਸ਼ਾਰਟ ਲਿਸਟ ਹੋਏ ਇੰਟਰਵਿਊ ਕੀਤੀ ਇੰਟਰਵਿਊ ਦਾ ਸਿਲੈਕਸ਼ਨ ਵੀ ਉਹਨਾਂ ਦੀ ਭਾਗ ਸਿੰਘ ਤਾਂ ਬੋਲ ਰਹੇ ਆ ਆਈ ਡੋਂਟ ਥਿੰਕ ਸੋ ਕਿ ਸ਼ਾਰਟ ਲਿਸਟ ਨਾਮ ਨਹੀਂ ਆਇਆ ਸੀਗਾ ਬੇਟੀ ਦਾ ਨਾਮ ਨਹੀਂ ਆਇਆ ਹੁਣ ਤਾਂ ਉਹ ਐਲੀਗੇਸ਼ਨ ਲਾ ਰਿਹਾ ਕਿ SC ST ਕੋਟਾ ਹੋਣਾ ਚਾਹੀਦਾ ਜਾਂ ਕਿ ਸਾਡਾ ਸਕੂਲ ਟੋਟਲੀ ਪ੍ਰਾਈਵੇਟ ਸਕੂਲ ਹੈ ਡਿਪਟੀ ਕਮਿਸ਼ਨਰ ਇਜ਼ ਜਸਟ ਐਨ ਓਨਰੀ ਚੇਅਰਪਰਸਨ ਆਫ ਦ ਸਕੂਲ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ ਚੈਨਲ 2।